चलाना सीख के करो कमाइयां। 2020 CDL ड्राइविंग स्कूल फ्रेडरिक्सबर्ग वर्जीनिया विखे जिथे CDL क्लास ए बी ते पी दी ट्रेनिंग कार्स बसेस बॉक्स ट्रक कमर्शियल ट्रैक्टर ट्रेलर भी चलाने सिखाए जाते ने। इथे ना सिर्फ पंजाबी हिंदी अंग्रेजी उर्दू ते स्पेनिश विच गलबात करन दी सहूलत है सगो रिहायश का भी प्रबंध है। अज ही संपर्क करो सनी नू 540-656-09-85 ते। लालन ने कार नूं सर पता नहीं लगे जी की है जी। कल 3 बजे गया सी घरों कार लैके, तो उदू बाद बस कहिंदा मैं घरे आउणा हैगा। उदू बाद इहने फोन नहीं चुक्या जी। असीं कल दा भाल रहे सी दुपहर तों बाद देखी ਅਤੇ ਅਸੀਂ ਲੱਭ ਰਹੇ ਹਾਂ ਉਹਨੂੰ ਅਤੇ ਸਾਨੂੰ ਮਿਲਿਆ ਨਹੀਂ ਗਾ ਜੀ। ਅੱਜ ਸਵੇਰੇ ਫੋਨ ਆਇਆ ਸਾਨੂੰ ਕਹਿੰਦੇ ਕਾਰ ਖੜੀ ਆ ਉੱਥੇ। ਜਦੋਂ ਦੇਖਿਆ ਅਤੇ ਵਿੱਚ ਡਰਾਈਵਰ ਸੀਟ ਦੇ ਉੱਤੇ ਟੇਢਾ ਪਿਆ ਸੀਗਾ, ਨੱਕ 'ਚੋਂ ਖੂਨ ਨਿਕਲ ਰਿਹਾ ਸੀ। ਸਾਨੂੰ ਪਤਾ ਨਹੀਂ ਲੱਗਿਆ ਜੀ ਕੀ ਨਸ਼ੇ ਪੱਤੇ ਦਾ ਜੀ। ਹਜੇ ਕੁਛ ਵੀ ਨਹੀਂ ਕਹਿ ਸਕਦੇ। ਜਿਸ ਹਿਸਾਬ ਦੀ ਕੰਡੀਸ਼ਨ ਸੀ ਉਦੋਂ ਤਾਂ ਐਂ ਲੱਗਦਾ ਸੀਗਾ ਵੀ ਜਿਵੇਂ ਮਤਲਬ ਕੋਈ ਅਟੈਕ ਆਇਆ ਹੁੰਦਾ ਜਾਂ ਕੁਛ ਇੱਦਾਂ ਦੀ ਕੋਈ ਦਿੱਕਤ ਲੱਗਦੀ ਸੀ। ਧੱਕਾ ਨਾ ਹੋਵੇ ਕਿਤੇ ਕਿਸੇ ਦੇ ਵੀ। ਜੋ ਬਣਦੀ ਕਾਰਵਾਈ ਹੈਗੀ ਆ ਜਿੱਦਾਂ ਲੱਗਦਾ ਹੋਇਆ ਸੱਚਾਈ ਦੇ ਨਾਲ ਖੜੇ ਆ ਜੀ, ਉੱਦਾਂ ਹੀ ਕਾਰਵਾਈ ਹੋਵੇ। ਸਹਾਰਾ ਵਾਲੀ ਇੱਕ ਡੈਡ ਬੋਡੀ ਰਖਾ ਕੇ ਗਏ ਆ ਮੋਰਚਰੀ 'ਚ। 29 ਈਅਰਸ ਦਾ ਮੇਲ ਪੇਸ਼ੈਂਟ ਹੈਗਾ ਅਤੇ ਇਹ ਬੋਡੀ ਹੈ ਜਿਹੜੀ ਇਹ ਪੁਰਾਣਾ ਕੈਨਾਲ ਚੌਂਕੀ ਵੱਲੋਂ ਮਿਲੀ ਹੈਗੀ, ਉੱਥੇ ਕੋਲ ਸੀਗੀ। ਬਾਕੀ ਪੇਸ਼ੈਂਟ ਦਾ ਜਦੋਂ ਪੋਸਟਮਾਰਟਮ ਹੋਊਗਾ ਬਾਕੀ ਫਿਰ ਹੀ ਦੱਸਿਆ ਜਾ ਸਕਦਾ ਵੀ ਕੀ ਰੀਜ਼ਨ ਆ ਉਹਦੀ ਡੈਥ। ਸਾਨੂੰ ਸਹਾਰਾ ਕੰਟਰੋਲ ਰੂਮ 'ਤੇ ਕਾਲ ਆਈ ਸੀ, ਠੰਡੀ ਸੜਕ 'ਤੇ ਕਾਰ ਦੇ ਵਿੱਚ ਇੱਕ ਬੰਦਾ ਪਿਆ ਹੈਗਾ। ਅਸੀਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਸ਼ੱਕੀ ਹਾਲਾਤਾਂ ਦੇ ਵਿੱਚ ਗੱਡੀ ਦੇ ਵਿੱਚ ਇੱਕ ਬੰਦਾ ਪਿਆ ਸੀਗਾ ਜੋ ਕਿ ਡੈੱਡ ਸੀਗਾ। ਬਾਕੀ ਕੈਨਾਲ ਥਾਣੇ ਦੀ ਪੁਲਿਸ ਉਹਨਾਂ ਦੀ ਕਾਰਵਾਈ ਕਰ ਰਹੀ ਹੈ। ਬਾਕੀ ਉਹਦੇ ਘਰ ਦੇ ਮੌਕੇ 'ਤੇ ਪਹੁੰਚ ਚੁੱਕੇ ਸੀਗੇ ਸਿਵਲ ਹੋਸਪਿਟਲ 'ਚ, ਉਹਨੂੰ ਪੋਸਟਮਾਰਟਮ ਵਾਸਤੇ ਅਸੀਂ ਲੈ ਗਏ। ਸਾਨੂੰ ਤਰ੍ਹਾਂ ਮਿਲੀ ਸੀ ਵੀ ਇੱਕ ਤਾਂ ਕਾਰ ਖੜ੍ਹੀ ਹੈ, ਅਲਟੋ ਕਾਰ ਆ, ਉਹਦੇ ਵਿੱਚ ਇੱਕ ਬੰਦਾ ਪਿਆ ਹੈ। ਮੌਕੇ 'ਤੇ ਗਏ ਅਸੀਂ ਜਾ ਕੇ ਚੈੱਕ ਕੀਤਾ, ਉਹ ਡਰਾਈਵਰ ਸੀਟ 'ਤੇ ਪਿਆ ਸੀਗਾ, ਟੇਢਾ ਪਿਆ ਸੀਗਾ। ਉਹਦੇ ਕਾਰ ਦੇ ਕਾਗਜ਼ ਚੈੱਕ ਕੀਤੇ, ਉਹ ਰੁਪਿੰਦਰ ਕੁਮਾਰ ਪੁੱਤਰ ਪਰਮਿੰਦਰ ਕੁਮਾਰ ਦੇ ਨਾਂ 'ਤੇ ਸੀ। ਉਹਨੇ ਜਿਹੜੀ ਘਰ ਸੀ ਉਹਨੂੰ ਬੁਲਾ ਲਿਆ ਸੀ, ਉਹਨਾਂ ਨੇ ਸ਼ਨਾਖਤ ਕਰਤੀ। ਸਾਰਾ ਕਲੱਬ ਦੀ ਗੱਡੀ ਵਾਲੇ ਨੇ ਬੁਲਾ ਲਿਆ, ਸਾਰਾ ਕਲੱਬ ਦੀ ਗੱਡੀ ਨੂੰ ਸਿਵਲ ਹਸਪਤਾਲ ਬਠਿੰਡਾ ਦਾਖਲ ਕਰਾਤਾ, ਉੱਥੋਂ ਪੋਸਟਮਾਰਟਮ ਕਰਾ ਰਹੇ ਹਾਂ। ਹੁਣ ਜੋ ਬਿਆਨ ਲਿਖਾਉਣਗੇ ਬਿਆਨ ਮੁਤਾਬਕ ਕਾਰਵਾਈ ਕਰਦੇ ਹਾਂ। ਇਹ ਗਲੀ ਨੇ 0 ਸੁਰਖਬੀਰ ਰੋਡ ਦਾ ਰਹਿਣ ਵਾਲਾ, ਉਹ ਡਿੱਗਿਆ ਪਿਆ ਸੀ, ਉਹਦੇ ਗੱਡੀ ਡਰਾਈਵਰ ਸਾਈਡ ਦੇ ਵਿੱਚ ਟੇਢਾ ਪਿਆ ਸੀ, ਡਿੱਗਿਆ ਪਿਆ ਸੀਗਾ, ਖੂਨ ਨਿਕਲ ਰਿਹਾ ਸੀਗਾ, ਡੈਥ ਹੋਈ ਪਈ ਸੀਗੀ। ਇਹਦੇ ਬਾਰੇ ਤਾਂ ਹੁਣ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸੁਣੀ।